ਨਮਸਕਾਰ ਦੋਸਤੋ ਮੈਂ ਤੁਹਾਡਾ ਦੋਸਤ ਮਨੂ ਮੋੜ ਕਾਫੀ ਬੱਚੇ ਮੈਨੂੰ ਇੰਸਟਾਗ੍ਰam ਤੇ ਸਵਾਲ ਪੁੱਛ ਰਹੇ ਨੇ ਕਿ ਸਰ ਚੋਣ ਜਾਬਤਾ ਤੋਂ ਬਾਅਦ ਜਿਹੜਾ ਹੈ ਕਿ ਸਬ ਇਨਸਪੈਕਟਰ ਤੇ ਆਈਏ ਕਨਸਟੇਬਲ ਦਾ ਐਗਜ਼ਾਮ ਹੋ ਸਕਦਾ ਹੈ ਜਾਂ ਬਿਲਕੁਲ ਹੀ ਰੱਦ ਹੋ ਜਾਵੇਗਾ ਇਹ ਭਰਤੀ ਤਾਂ ਉਹਨਾਂ ਕੈਂਡੀਡੇਟਾਂ ਦੇ ਇਸ ਸਵਾਲ ਦਾ ਜਵਾਬ ਇਹ ਹੈ ਕਿ ਦੇਖੋ ਦੋ ਟਾਈਮ ਇੰਨੇ ਤਾਂ ਬਿਲਕੁਲ ਹੀ ਤੁਸੀਂ ਉਮੀਦ ਛੱਡ ਦਿਓ ਕਿ ਇਸ ਸਬ ਇਨਸਪੈਕਟਰ ਜਾਂ ਆਈਏ ਕਨਸਟੇਬਲ ਦੇ ਐਗਜ਼ਾਮ ਬਾਰੇ ਕੋਈ ਨੋਟੀਫਿਕੇਸ਼ਨ ਆਪੇਗੀ ਉਸ ਤੋਂ ਬਾਅਦ ਜ਼ਰੂਰ ਆਵੇਗੀ ਤੇ ਇਗਜ਼ਾਮ ਦੁਬਾਰੇ ਇਹ ਕੰਡਕਟ ਹੋਵੇਗਾ ਆਈਏ ਕਨਸਟੇਬਲ ਦਾ ਵੀ ਤੇ ਐਸਆਈ ਦਾ ਵੀ ਜਿਹੜਾ ਇਗਜ਼ਾਮ ਹੋਵੇਗਾ ਇਹ ਦੁਬਾਰਾ ਜ਼ਰੂਰ ਲਿਆ ਜਾਵੇਗਾ ਇਸ ਕਰਕੇ ਜਿਵੇਂ ਆਪਾਂ ਪਹਿਲਾਂ ਸਬ ਇਨਸਪੈਕਟਰ ਨਾਲ ਰਿਗਾਰਡਿੰਗ ਕਾਫੀ ਕਲਾਸਸ ਮੈਂ ਤੁਹਾਨੂੰ ਚੈਨਲ ਤੇ ਪ੍ਰੋਵਾਈਡ ਕਰਵਾਈਆਂ ਸੀ ਉਸੇ ਤਰ੍ਹਾਂ ਦੁਬਾਰੇ ਤੋਂ ਆਪਾਂ ਬੈਚ ਸਟਾਰਟ ਕਰ ਰਹੇ ਹਾਂ ਸਬ ਇਨਸਪੈਕਟਰ ਦੀ ਕਲਾਸਸ ਤੁਹਾਨੂੰ ਡੇਲੀ ਇੱਕ ਜਾਂ ਦੋ ਕਲਾਸਸ ਮੇਰੇ ਚੈਨਲ ਦੇ ਦੇਖਣ ਨੂੰ ਮਿਲ ਜਾਣਗੀਆਂ ਹੁਣ ਕਰਨਾ ਕੀ ਤੁਸੀਂ ਸਭ ਤੋਂ ਪਹਿਲਾਂ ਇਸ ਇੰਸਟਾਗ੍ਰਾਮ ਤੇ ਜਾ ਕੇ ਮੈਨੂੰ ਫੋਲੋ ਕਰੋ ਉੱਥੇ ਤੁਹਾਨੂੰ ਇੱਕ ਵਟਸਐਪ ਗਰੁੱਪ ਦਾ ਲਿੰਕ ਤਾਂ ਡੀਐਮ ਕਰੋਗੇ ਤਾਂ ਤੁਹਾਨੂੰ WhatsApp ਤੇ ਗਰੁੱਪ ਦਾ ਇੱਕ ਲਿੰਕ ਮਿਲ ਜਾਵੇਗਾ ਉਸ ਗਰੁੱਪ ਨੂੰ ਵੀ ਜਾ ਕੇ ਜੁਆਇਨ ਕਰ ਲਓ ਰੈਗੂਲਰਲੀ ਹੀ ਪੰਜਾਬ ਪੁਲਿਸ ਸਕਰੂਟਮੈਂਟ ਰਿਲੇਟਡ ਜਿਹੜੀ ਵੀ ਮੇਨ ਮੇਨ ਇਨਫੋਰਮੇਸ਼ਨ ਤੁਹਾਨੂੰ ਗਰੁੱਪ ਵਿੱਚ ਤੇ Instagram ਤੇ ਮਿਲਦੀ ਰਹਣਗੀ ਐਂਡ ਸਟੱਡੀ ਰਿਲੇਟਡ ਜਿਹੜੀ ਵੀ ਵੀਡੀਓ ਹੋਵੇਗੀ ਉਹ ਤੁਹਾਨੂੰ ਫ੍ਰੀ ਆਫ ਕੋਸਟ YouTube ਚੈਨਲ ਤੇ ਸਾਡੇ ਦੇ ਮਿਲ ਜਾਵੇਗੀ ਉਹਦੇ ਸੋ ਉਮੀਦ ਨਾ ਕਰੋ ਕਿ ਸਬ ਇੰਸਪੈਕਟਰ ਤੇ ਆਈਏ ਕਨਸਟੇਬਲ ਦਾ ਐਗਜ਼ਾਮ ਦੁਬਾਰਾ ਹੋਵੇਗਾ ਤਾਂ ਕਰਕੇ ਅਭੀ ਤਿਆਰੀ ਨੂੰ ਰੈਗੂਲਰ ਰੱਖੋ ਤੇ ਜਿੰਨੀ ਪਰਫੈਕਟ ਤਿਆਰੀ ਕਰੋਗੇ ਉਨੇ ਹੀ ਜ਼ਿਆਦਾ ਚਾਂਸਸ ਤੁਹਾਡੇ ਬਣ ਜਾਣਗੇ ਕਿ ਇਸ ਵਾਰ ਭਰਤੀ ਸ੍ਰੀ ਵੀ ਚੜ ਜੂ ਐਂਡ ਤੁਹਾਡਾ ਐਗਜ਼ਾਮ ਵੀ ਕੁਆਲੀਫਾਈ ਹੋ ਜਾਏਗਾ ਐਂਡ ਹੁਣ ਦੋਸਤੋ ਵੀਡੀਓ ਵਿੱਚ ਕਮੈਂਟ ਕਰਕੇ ਮੈਨੂੰ ਦੱਸ ਦਿਓ ਕਿ ਸਬ ਇੰਸਪੈਕਟਰ ਤੇ ਆਈਏ ਕਨਸਟੇਬਲ ਰਿਗਾਰਡਿੰਗ ਤੁਸੀਂ ਕਲਾਸਸ ਚੈਨਲ ਤੇ ਲੈਣਾ ਚਾਹੁੰਦੇ ਹੋ ਯੈਸ ਔਰ ਨੋ ਲਿਖ ਕੇ ਕਮੈਂਟ ਜ਼ਰੂਰ ਕਰ ਦਿਓ